अस्सलाम वालेकुम डॉक्टर साहब। वालेकुम सलाम आफत साहब। सर की हाल है? खैरियत है? ठीक ठाक। वेलकम आफत साहब। मेहरबानी सर, शुक्रिया। आज फिक्रिया डेयरी फार्म पे जी असि हाजिर हाँ ते दोस्तां नहीं फरमाइश ते नाले ताडे नाल भी गपशप कीते काफी देर हो गई सी जिहड़ा वैसे ऑफ रिकॉर्ड ते हुंदी रहिंदी अज बतौर रिकॉर्ड ते हाजिर होए आ सर। हाँ नहीं आफत साहब, मैं क्या भी आफत साहब ने इन्ने इन्ने शानदार फार्म दिखाते ने, इन्नी इन्नी खूबसूरत मझ दिखा दी तो वो फिर सानू समझ नहीं सी आती भी असी तुहानू की गल करिए तो की हों दिखाइए। इंटरव्यू भी तुसी माशाल्लाह इन्ने को कर चुके हो कि इलम भी इन्ना को ज़्यादा मेरे हाल हूँ तुसी वंड दिता है कि हूँ तो लोग बैठ के तो वो ते गौर फिक्र करन ते बड़ा ਗੁੰਜਾਇਸ਼ ਤੇ ਰਹਿੰਦੀ ਹੈ ਨਾ ਜੀ ਕੋਈ ਵੀ ਚੀਜ਼। ਹਾਂ ਲੇਕਿਨ ਉਹ ਮੈਂ ਸਮਝਣਾ ਵੀ ਮੇਰਾ ਤੇ ਇਹਨਾਂ ਹੈ ਹੀ ਨਹੀਂ ਸੀ ਨਾ। ਚਲੋ ਜੀ, ਜਿਹੜਾ ਤੁਸੀਂ ਇਹ ਸਮਝਦੇ ਹੋ ਨਾ, ਵੇਖਣ ਵਾਲੇ ਸ਼ਾਇਦ ਨਾ ਸਮਝਦੇ ਹੋਣ। ਚਲੋ ਜੀ, ਉਹਨਾਂ ਦੀ ਮਿਹਰਬਾਨੀ। ਤੇ ਸਾਹਿਬ ਗੱਲ ਇਹ ਆ ਕਿ ਪਹਿਲੇ ਅਸੀਂ ਫਾਰਮ ਦੀ ਜਿਹੜੀ ਵੀਡੀਓ ਸ਼ੁਰੂ ਕਰਨੇ ਆ ਨਾ, ਵੱਡੀ ਮਾਝੀ ਜਾਂ ਝੋਟਾ ਜ਼ਿਆਦਾਤਰ ਦਿਖਾਉਂਦੇ ਆ। ਅੱਜ ਅਸੀਂ ਜਿਹੜਾ ਕਹਿੰਦੇ ਕੱਟੇ ਤੋਂ ਨਹੀਂ, ਉਹ ਇਸ ਵਾਸਤੇ ਵੀ ਵੱਜਾ ਹੀ ਇਧਰ ਕੱਲਾ ਹੈ। ਹਾਂਜੀ, ਤੇ ਕਈ ਵਾਰੀ ਹੁੰਦਾ ਮੈਂ ਕੀ ਕਹਿੰਦੇ ਸੀ, ਮੈਂ ਛੋਟਾ ਸਾ ਕੀ ਹੋ ਤੋ ਕੰਮ ਕਰੂੰਗਾ ਬੜੇ ਬੜੇ, ਤੇ ਕੋਈ ਪਤਾ ਨਹੀਂ ਇਸ ਵੇਲੇ ਨਿਕਾ ਜਾ ਤੇ ਕੰਮ ਬੜੇ ਬੜੇ ਕਰ ਲਵੇ। ਉਹ ਸਾਰੇ ਬਲੋਚੀ ਦਾ ਕੱਟਾ, ਮਾਂ ਇਹਦੀ ਬਲੋਚੀ ਹੈ। ਅੱਛਾ ਜੀ। ਤੇ ਪਿਓ ਇਹਦਾ ਜੀ ਲੁੰਡਾ, ਬੋਦਲਾ ਬਰੀਡ। ਮੈਂ ਤੇ ਇਸ ਵਾਸਤੇ ਹੁਣ ਬੋਦਲਾ ਬਰੀਡ ਕਹਿਣਾ, ਉਹ ਮੇਰਾ ਨਾ ਕਿਸੇ ਦੋਸਤ ਕੋਲ ਛੱਡਾ ਗਿਆ ਸੁੰਦਰ, ਉਹਨਾਂ ਨੇ ਪੋਸਟ ਲਾਈ, ਕੱਟੀਆਂ ਆ ਗਈਆਂ ਨੇ ਤੇ ਬਰੀਡ ਮੁਖਤਾਰ ਬੋਦਲਾ ਸਾਹਿਬ। ਤੇ ਮੈਨੂੰ ਵੀ ਸਮਝ ਆਈ ਕਿ ਵਾਕਈ ਜਿਹਦੀ ਬਰੀਡ ਹੋਵੇ ਨਾ ਉਹਦਾ ਨਾਂ ਲੈਣਾ ਚਾਹੀਦਾ, ਮਾਲਕ ਦਾ ਨਾਂ ਨਹੀਂ ਲੈਣਾ ਚਾਹੀਦਾ ਜਿਹਦਾ ਸੱਡਾ ਹੋਵੇ। ਮੈਂ ਵੀ ਫਿਰ ਉਦੋਂ ਦੀ ਸਮਝ ਆ ਗਈ ਮੈਨੂੰ, ਤੇ ਅਸੀਂ ਵੀ ਇਹ ਲੁੰਡਾ ਜੀ ਬੋਦਲਾ ਬਰੀਡ ਹੈ ਜਿਹੜਾ ਉਹਦਾ ਪੁੱਤਰ ਹੈ। ਠੀਕ ਹੈ, ਮਾਂ ਇਹਦੀ ਬਲੋਚੀ ਹੈ ਤੇ ਠੀਕ ਹੈ, ਹਾਲੀ ਫਿਲਹਾਲ ਛੋਟਾ ਹੈ, ਮਾਰਕਿੰਗ ਵੀ ਚੰਗੀ ਸੋ ਬਲੱਡ ਜਿਹੜਾ ਚੰਗਾ, ਪਿੱਛੇ ਬੋਦਲਾ ਆ ਗਿਆ, ਉਧਰੋਂ ਮੀਆਂ ਮੁਖਤਾਰ ਬੋਦਲਾ, ਦੋਵਾਂ ਜਿਹੜੇ ਕ੍ਰਾਸ ਹੀ ਕਿਸਮ ਦਾ ਹੋ ਗਿਆ ਨਾ, ਉੱਧਰ ਹੈਡ ਸਲਾਮ ਦਾ ਇਲਾਕਾ ਤੇ ਇੱਧਰ ਚੱਕਰੀ। ਹਾਂ ਤੇ ਉਹ ਹਾਂ, ਤੇ ਉਮੀਦ ਤੇ ਹੈ ਵੇ ਕਿ ਅੱਛਾ ਹੀ ਕੋਈ ਕੰਮ ਆ ਜਾਏਗਾ। ਸਰ ਮੱਝ ਮਾਸ਼ਾਅੱਲਾ ਬਲੋਚੀ ਜੀ, ਬਲੋਚੀ ਜੀ, ਤੇ ਨਵੇਂ ਵੇਖਣ ਵਾਲੇ ਦੋਸਤਾਂ ਦੱਸੋ ਜੀ ਇਹਦੇ ਬਾਰੇ ਚ। ਬਲੋਚੀ ਮੀਆਂ ਮੁਖਤਾਰ ਬੋਦਲਾ ਸਾਹਿਬ ਦੇ ਘਰ ਦੀ ਬਰੀਡ ਹੈ। ਦੌਲਤਾਨਾ ਸਾਹਿਬ, ਸੋਰੀ, ਦੌਲਤਾਨਾ। ਮੈਂ ਕੀ ਕਿਹਾ ਵੇ? ਬੋਦਲਾ। ਅੱਛਾ, ਨਾ ਅੱਜ ਕੱਲ੍ਹ ਦੂਜੇ ਪਾਸੇ ਟੜ, ਪਹਿਲੇ ਵੀ ਦੇਖ ਲੈਣਾ ਸੀ, ਦੌਲਤਾਨਾ ਹੀ ਕਿਹਾ ਨਾ ਕੱਟੇ ਦੀ ਵਾਰੀ, ਨਹੀਂ ਉਹ ਬੋਦਲਾ ਬਰੀਡ ਹੀ ਸੀ। ਅਫ ਸਾਹਿਬ ਇਹ ਚੰਗੀ ਮੱਝ ਹੈ, ਕੱਦ ਕਾਠ ਵਾਲੀ ਹੈ, ਥਣ ਚੱਡਾ ਵੀ ਸੋਹਣਾ ਹੈ, ਦੁੱਧ ਵੀ ਚੰਗਾ ਦੇ ਦਿੰਦੀ ਹੈ। ਕਿੰਨੇ ਸੂਏ ਹੋ ਗਏ ਜੀ ਇਹਦੇ? ਇਹ 6 ਸੂਏ ਹੋ ਗਏ ਨੇ। ਥੋੜੀ ਜਿਹੀ ਨਾ ਸੌਣ ਤੋਂ ਪਹਿਲੇ ਦੀ ਤਿਆਰੀ ਜ਼ਰਾ ਜ਼ਰੂਰ ਤੋਂ ਜ਼ਿਆਦਾ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਅੱਗੋਂ ਮੱਝਾਂ ਮੁੱਝਾਂ ਸੌਂਦੀਆਂ ਸੀ ਤੇ ਤਵੱਜੋ ਨਹੀਂ ਹੋਈ, ਤੇ ਥਾਣੇ ਦਾ ਇੱਕ ਜਿਹੜਾ ਨਾ ਉਹ ਜ਼ਾਇਆ ਹੋ ਗਿਆ। ਨਹੀਂ ਉਹ ਮੈਂ 15-20 ਦਿਨ ਇੱਥੇ ਰਿਹਾ ਨਹੀਂ ਸੀ, 23 ਨੂੰ ਮੱਝ ਸੂਈ, 24 ਨੂੰ ਮੈਂ ਚਲਾ ਗਿਆ, ਉਹ ਵੀ ਕੋਈ ਵਜ੍ਹਾ ਬਣੀ। ਮੱਝ ਲਾਇਆ ਬਾਹਰ, ਹੁਣ ਕੱਟਾ ਹੈ ਜੀ। ਹਾਂਜੀ, ਬੋਦਲਾ ਬਰੀਡ ਜਿਹੜਾ। ਇਹ ਕਾਠੀ ਹੈ ਜੀ, ਇਹਦੀ ਮਾਂ ਦਾ ਨਾਂ ਕਾਠੀ ਸੀ। ਅੱਛਾ ਜੀ। ਇਹ ਮਾਰਚ ਵਿੱਚ ਸੂਈ ਸੀ, ਥਣ ਥੁਣ ਤਾਂ ਚੰਗਾ ਸੂ, ਚੱਡਾ ਪੱਟਾਂ 'ਚ ਰੱਖਦੀ ਹੈ, ਕੱਦ ਕੁੱਦ ਚੰਗਾ ਹੈ, ਸੋਹਣੀ ਹੈ, ਨਫਾਸਤਾਂ ਜ਼ਰਾ ਬਰੀਕੀਆਂ ਜਿਹੜੀਆਂ ਨੇ ਉਹ ਘੱਟ ਨੇ, ਸੈਂਟਰ ਬੋਨ ਇੰਨੀ ਨਹੀਂ ਸੂ ਬਣਾਈ, ਬਾਕੀ ਝੋਟੀ ਮੈਨੂੰ ਤਾਂ ਸੋਹਣੀ ਲੱਗਦੀ ਹੈ। ਹਾਂਜੀ,
ਨਾਲ ਜੇ ਮਸਤਾਨੀ ਦੀ ਧੀ ਹੈ। ਅੱਛਾ ਜੀ ਮਸਤਾਨੀ। ਹਾਂ ਦੋਵੇਂ ਪਿਓਲੂ ਭੈਣਾਂ ਨੇ। ਉਹ ਵੀ ਫੋਰ ਯਾਰ ਕੀ ਛੋਟੀ ਹੋਈ ਹੈ ਜੀ। ਨਹੀਂ ਜੀ ਇਹ ਦੋ ਤਿੰਨ ਸਾਲ ਪਹਿਲੇ ਟੁੱਟ ਗਈ ਸੀ। ਅੱਛਾ ਅਸਾ ਜਾਨਵਰ ਦਾ ਪੈਰ ਆ ਗਿਆ। ਤੇ ਮਸਤਾਨੀ ਮੱਝ ਕਹਿ ਸਕਦੇ ਆ ਤੁਹਾਡੇ ਫਾਰਮ ਦੀ ਜਿਹੜੀਆਂ ਟਾਪਰ ਹਾਈ ਮਿਲਕਿੰਗ ਜੀ। ਇੱਕ ਤੇ ਉਹ ਮੇਰੀ ਆਪਣੀ ਘਰ ਦੀ ਹੈ। ਹਾਂ ਜੀ ਬਰੀਡ ਵੀ ਮੈਂ ਆਪ ਹੀ ਕਰਾਈ ਹੈ ਤੇ ਦੂਸਰੀ ਸਭ ਤੋਂ ਜ਼ਿਆਦਾ ਮਿਲਕਰ ਹੋਈ ਹੈ। ਠੀਕ ਹੈ। ਮਦਰ ਬਲੋਚੀ ਚੁੱਕ ਖੂਬਸੂਰਤ ਵੀ ਹੈ। ਹਾਂ ਜੀ ਕੱਦ ਕਾਟ ਸੋਹਣਾ ਹੈ। ਹਾਂ ਜੀ ਤੇ ਮਸਤਾਨੀ ਉਨੀ ਖੂਬਸੂਰਤੀ 'ਚ ਨਹੀਂ ਆਉਂਦੀ ਲੇਕਿਨ ਮਸਤਾਨੀ ਮਿਲਕਰ ਜ਼ਿਆਦਾ ਹੈ। ਇਹਦਾ ਨਾਂ ਕਾਜਲ ਹੈ ਜੀ। ਇਹਦਾ ਨਾਂ ਚਿੜੀ ਹੈ ਜੀ। ਇਹ ਖੋਖਰਾਂ ਦੇ ਘਰ ਦੀ ਹੈ ਵੀ ਪਰਚੇਜ਼ ਸੀ। ਇਹਨੇ ਦੁੱਧ ਛੁੱਤ ਇੰਨਾ ਕੋ ਨਹੀਂ ਜੇ ਦਿੱਤਾ। ਬੱਚੇ ਬੜੇ ਅੱਛੇ ਬਸ ਦਿੰਦੀ। ਅੱਛਾ। ਹਾਂਜੀ ਦੁੱਧ ਪੀਕ 12 ਕਿਲੋ ਬਸ। ਚੰਗੀ ਮੱਝ ਵੇਖ ਕੇ ਪਸੰਦ ਕਰਦੇ ਆ। ਤੁਹਾਡਾ ਜਿਹੜਾ ਤਜਰਬਾ ਵਾ ਜਿੰਨਾ ਤੁਹਾਡਾ ਪ੍ਰੈਕਟੀਕਲ ਆ ਇਹ ਬਹਿ ਕੇ ਨਾ ਆਰਾਮ ਨਾਲ ਗੱਲ ਕਰੀਏ। ਇਸ ਵੇਲੇ ਤੁਸੀਂ ਮੱਝਾਂ ਦੀ ਵੀਡੀਓ ਬਣਾ ਰਹੇ ਹੋ ਫਿਰ ਟੋਜੋ ਇੱਧਰ ਉੱਧਰ ਹੋ ਜਾਣੀ ਹੈ। ਟੌਪਿਕ ਬੜਾ ਹਾਟ ਹੈ। ਅੱਛਾ ਜੀ ਚਲੋ ਬਹਿ ਕੇ ਸਰ ਖੋਲੀ ਜਾਓ ਸਰਕਾਰ ਮੱਝਾਂ। ਸਮੁੰਦਰੀ ਹੈ ਜੀ। ਹਾਂਜੀ ਦੋ ਹਜ਼ਾਰ 2018 ਚ ਆਈ ਸੀ ਮੇਰੇ ਕੋਲ। ਇੱਕ ਛੋਟੀ ਸੂਪ ਹੀ ਇੱਕ ਛੋਟੀ ਕੱਟੀ ਹੈ ਇੱਕ ਵੇਚ ਲਈ ਸੀ। ਹਾਂਜੀ ਗਾਵਾਂ ਨੇ ਵਿੱਚ ਕ੍ਰਾਸ ਦੀਆਂ ਤੇ ਫਾਰਮ ਦਾ ਖਰਚਾ ਖੁਰਚਾ ਬੈਲੈਂਸ ਕਰਨ ਵਾਸਤੇ ਇਹ ਵੀ ਬੜੀ ਕਾਰਾਮਦ ਚੀਜ਼ ਹੈ। ਸਹੀ। ਹਾਂਜੀ ਇਹ ਐਵਰੇਜ ਕੀ ਦੁੱਧ ਤੁਹਾਡਾ ਦੇ ਰਹੀਆਂ ਗਾਵਾਂ ਜੀ? ਅੱਜ ਕੱਲ ਤੇ ਜੀ ਦੁੱਧ ਇਹਨਾਂ ਦਾ ਘਟਿਆ ਹੈ ਲੇਕਿਨ ਜੂਨ ਜੁਲਾਈ ਦੇ ਵਿੱਚ ਵੀ ਮੈਂ TMR ਪਾ ਰਿਹਾ ਸੀ। ਅੱਛਾ। ਪੱਕੇ ਪੁੱਖੇ ਲਾਏ ਸੀ ਤੇ ਇੱਧਰ ਜਿਹੜੀਆਂ ਵੀ 8 ਗਾਵਾਂ 9 ਗਾਵਾਂ ਛੱਡੀ ਦੀਆਂ ਸੀ ਨਾ ਉਹ ਤਕਰੀਬਨ 20-25 ਕਿਲੋ ਦੇ ਦਿੰਦੀਆਂ ਸੀ। ਜਾਨਵਰ ਦਾ 20 ਕਿਲੋ ਸਾਇਲੇਜ 2 ਕਿਲੋ ਤੂੜੀ 4 ਕਿਲੋ ਵੰਡਾ ਉਹਦੇ ਨਾਲ ਤੇ ਫਿਲਹਾਲ 12-12 ਕਿਲੋ ਦੇ ਰਹੀਆਂ ਐਵਰੇਜ। ਹਾਂਜੀ ਲੇਕਿਨ ਵੈਸੇ ਲਾਸਟ ਟਾਈਮ ਵੀ ਨਾ ਇਹਨਾਂ ਨੇ ਅਕਤੂਬਰ 'ਚ ਆ ਕੇ ਨਵੰਬਰ 'ਚ ਦੁੱਧ ਡਰੋਪ ਕੀਤਾ ਦਸੰਬਰ 'ਚ ਠੀਕ ਹੋ ਗਈਆਂ ਇਹ ਕੋਈ ਸਾਡਾ ਹੀ ਕੋਈ ਮੈਨੇਜਮੈਂਟਲ ਇਸ਼ੂ ਹੈ ਇਹਦੇ 'ਚ। ਹਾਂਜੀ